ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਤੋਂ ਜਿੱਥੇ ਔਰਤ ਦੇ ਨਾਲ ਮੋਬਾਈਲ ਤੇ ਵੱਜੀ ਇਸ ਤਰ੍ਹਾਂ ਠੱਗੀ ਹੋ ਜਾਵੋ ਸਾਵਧਾਨ ਤਾਜ਼ਾ ਵੱਡੀ ਖਬਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਲੋਕਾਂ ਨੂੰ ਚਿੰਜੋੜ ਕੇ ਰੱਖ ਦਿੰਦੀਆਂ ਨੇ ਪੰਜਾਬ ਦੇ ਵਿੱਚ ਔਰਤ ਨਾਲ ਮੋਬਾਈਲ ਤੇ ਠੱਗੀ ਅਜਿਹੀ ਵਜਈ ਆ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਆ ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਮahanagar Ludhiana ਤੋਂ ਸਾਹਮਣੇ ਆਇਆ ਜਿੱਥੇ ਸੌਰਤ ਦੇ ਅਕਾਊਂਟ ਵਿੱਚੋਂ ਧੋਖੇ ਦੇ ਨਾਲ ਨੌਸਰਵਾਦਾਂ ਦੇ ਵੱਲੋਂ 98000 ਰੁਪਏ ਕਢਾ ਲਏ ਗਏ ਹਨ ਇਸ ਔਰਤ ਵੱਲੋਂ 11 ਫਰਵਰੀ 2022 ਨੂੰ ਦੁੱਗਰੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਅਸਾਮ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਨਾਮ ਫੌਰੀਦੁੱਲ ਇਸਲਾਮ ਅਤੇ ਅਬਜਲੀ ਹਾਂ ਦੱਸੇ ਗਏ ਹਨ ਉਕਤ ਔਰਤ ਦੇ ਮੋਬਾਈਲ ਉੱਪਰ ਇਹਨਾਂ ਵਿਅਕਤੀਆਂ ਵੱਲੋਂ 8 ਫਰਵਰੀ ਨੂੰ ਇੱਕ ਮੈਸੇਜ ਭੇਜਿਆ ਗਿਆ। ਉੱਥੇ ਹੀ ਉਸ ਔਰਤ ਨੂੰ KYC ਕਰਵਾਉਣ ਵਾਸਤੇ ਆਖਿਆ ਗਿਆ ਔਰਤ ਵੱਲੋਂ ਜਦੋਂ ਇਸ ਮੈਸੇਜ ਨੂੰ ਕੰਪਨੀ ਦਾ ਮੈਸੇਜ ਸਮਝ ਕੇ ਉਸ ਨੰਬਰ ਤੇ ਫੋਨ ਕਰ ਦਿੱਤਾ ਗਿਆ ਤਾਂ ਔਰਤ ਦੇ ਖਾਤੇ ਵਿੱਚੋਂ ਐਨਿਡੈਕਸ ਨਾਮ ਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਪੈਸੇ ਕਢਵਾ ਲਏਗੇ ਜਿਸ ਤੋਂ ਬਾਅਦ ਦੁੱਗਰੀ ਦੀ ਰਹਿਣ ਵਾਲੀ ਔਰਤ ਹਰਜੀਤ ਕੌਰ ਵੱਲੋਂ ਧੋਖਾਧੜੀ ਦਾ ਜਿਹੜਾ ਮਾਮਲਾ ਦਰਜ ਕਰਵਾਇਆ ਗਿਆ ਏ ਧੰਨਵਾਦ